تشریف لاتی ہیں جناب مولانا اعجاز حسین چوٹی زری، اور ان کے بعد مدعا آل محمد عامر عباس بلوچ، ان کے بعد جناب سید محمد عباس، جناب سید غیور صابر، جناب مولانا محمد عباس قمی، جناب غلام عباس فرید کا انشاءاللہ تشریف فرما ہے، یہ خطاب فرمائیں گے۔ حکم کرو کتنے 15 منٹ، ٹھیک پاس، ٹھیک ہے، دعا برائے حجت خدا محمد محمد بیماراں دی صحت و سلامتی واسطے صلوات منیاں نے مجلس دی قبولیت واسطے صلوات پڑھو، نعرہ تکبیر، نعرہ رسالت، نعرہ حیدری، اعوذ باللہ من الشیطان اللعین الرجیم، بسم اللہ الرحمن الرحیم، ماشاءاللہ لا حول ولا قوۃ الا باللہ العلی العظیم، الحمد للہ الذی نور قلوبنا بولایۃ آل محمد، میرے خیال ہے تو سنن تے دل کوئی نہیں، میرا پڑھن تے دل کوئی نہیں، بس آ گئی حاضری ہو گئی، چوتھا امام قرآن بیٹھا پڑھتا ہے کھول کے، نال ایک مومن بیٹھا، اس کے مولا تو سجدیاں دی زینت ہے تے قرآن ویکھ کے کیوں پڑھتے ہو؟ حضرت فرمایا میں ای واسطے قرآن ویکھ کے پڑھتا جو قرآن میرے چہرے دی زیارت کرتا ہے، اور جدے چہرے دی قرآن زیارت کرے اور دے متعلق تو کی خیال ہے؟ کتنا عابد، کتنا زاہد، بس میں اتنا پڑھنا ہی، اگر بندے سنن تو میں تاں پڑھتا، نہ سنن تو میں تواڈے تو آپ پہلے جڑا ہے چھوڑ دینا، پورے ترائے جہاڑے کوفے دے باہروں او دھوپ تے بیٹھی رہی ہے جنو پیو دے قد دا ہی پتہ نہ، منت نہیں، میں کوئی نہیں نواں نام پیدا کرنا، امام صاحب جڑا مقام دیتا ہے وہ تواڈے کھسی جان دا نہیں، نہ تواڈی انتظار دا ہے، اگر کوئی بندہ روندے تے اپنی عاقبت واسطے روندا ہے، اپنی قبر دی آسانی واسطے روندا ہے، پورے ترائے جہاڑے بیٹھی رہیے پیو دے شہر دے باروں تے دھوپ تے بیٹھی رہیے، بچیاں پوچھا ہے اماں چھاں بناون والا کوئی نہیں، بی بی آجی ایک کو سڈا کون ہے جڑا غازی نو اطلاع دے وے، میرے تو سوال کرو، آزاداری دا دل ملتان مرکز ہے، ٹھیک ہے، دربار تے آئے بیٹھو شاہ شمس دی، اے ولی ستا پے جڑا انہاں دربار والے تے شک کریں دے، وہ حرام زادہ ہے، اے مار ہی سکدے جوائی سکدے، اے ای ہے جڑے ستے پے، تو آڈے تو سوال ہے جو ترائے جاڑے دھوکتے بیٹھی رہی ہے زینب، یہ وجہ کیا ہے؟ صدیقی صاحب کمی نے آڈر لکھا ہے، علی دی دھی باہروں بیٹھی ہے تسا بازار سجاؤ، تاری حجاتی ہو دربار سجاؤ، نویں شراب منگاؤ، عورتوں آکو ہتھا تے لاوین مہندی،
ਮੇਰੀਆਂ ਨਵੀਆਂ ਕਲੀਨਾ ਬਦਲਾਓ, ਸ਼ਰਾਬ ਬੁਲਾਓ, ਇਹ ਮਲੂਨਾ ਦੇ 5 ਲੱਖ ਬਦਮਾਸ਼ ਬੁਲਾਓ, ਵੱਤ ਟੁਰਦੀ ਆਵੇ ਅਲੀ ਦੀ ਥੀ, ਹਰ ਕਈ ਨੂੰ ਪਤਾ ਲੱਗੇ ਹੁਸੈਨ ਕੌਣ ਆ ਅਤੇ ਹੁਸੈਨ ਨੂੰ ਮਰਾਵਣ ਵਾਲਾ ਕੌਣ ਆ। ਕਿਉਂਕਿ ਦੇਰ ਲੱਗੀ ਹੈ, ਜਿਹਨਾਂ ਦੇ ਨਸੀਬ ਵਿੱਚ ਬੰਦੇ ਰੋ ਪਏ। ਇਹ ਫਨ ਨਹੀਂ, ਅੱਜ ਕੱਲ੍ਹ ਤੋਂ ਸਾਰਾ ਜੁਰਮ ਨਹੀਂ, ਤੁਹਾਨੂੰ ਅਸਾਂ ਹੈਲਕ ਕਰ ਦਿੱਤਾ ਲੇਬਰ 'ਤੇ, ਲੇਬਰ ਟਰਾਲੀਆਂ ਭਰ ਕੇ ਸੱਟੋ, ਜਲਸਾ ਚਾਓ, ਕਿਉਂਕਿ ਅਦਾਦਾਰੀ ਨਹੀਂ ਰਹੀ, ਹੁਣ ਤਮਾਸ਼ਾ ਬਣ ਗਏ। ਹੁਣ ਤੁਹਾਡੇ ਕਾਗਜ਼ਾਤ 'ਚ ਉਹ ਸਾ ਕਰੇ ਜਿਹਦੇ ਨਾਲ 40-50 ਬੰਦਾ ਹੋਵੇ। ਮਜਲਿਸ ਨੂੰ ਤਮਾਸ਼ਾ ਨਾ ਬਣਾ, ਜਿਹੜੇ ਲੋਕ ਇਹ ਕੰਮ ਕਰਦੇ ਨੇ ਉਹਨਾਂ ਦੇ ਮੂੰਹ 'ਤੇ ਤਮਾਸ਼ੇ ਮਾਰ। ਜ਼ਿਕਰ ਨੂੰ ਜ਼ਿਕਰ ਹਾਂਡੇ, ਅਲੀ ਮੁਤਾਕੀਆਂ ਦਾ ਇਮਾਮ ਹੈ, ਬੇਗੈਰਤ ਬੰਦੇ ਦਾ ਅਲੀ ਇਮਾਮ ਕੋਈ ਨਹੀਂ। ਭਾਈਆ ਮੈਦਰ ਵੇਖ, ਹਯਾਤੀ ਹੋ ਗਈ ਜਵਾਨੀ ਮਾਣੇ, ਮੈਂ ਤੇਰੀ ਸ਼ਾਇਨ ਦਾ ਬਾਜ਼ਾਰ ਦਾ ਇੱਕ ਜੁਮਲਾ ਪੜ੍ਹਦਾ, ਜੋ ਤੇਰੀ ਮੁਰਸ਼ਿਦਾ ਦੀ ਬਾਜ਼ਾਰ 'ਚ ਆਈ ਸੀ। ਸਿਰ 'ਤੇ ਚਾਦਰ ਕੋਈ ਨਹੀਂ, ਖਾਕੇ ਸ਼ਿਫਾ ਦਾ ਪਰਦਾ ਹੈ। ਬਾਜ਼ਾਰ 'ਚ ਆਈ ਮੇਰਾ ਅਨੁਵਾਦੀਏ ਕੁਰਾਨ ਪੜ੍ਹਵੇ ਵੀਰ ਮੈਂ ਜ਼ੈਨਬ ਸ਼ਾਲਾ ਵਸਦਾ ਕੱਟੇ ਗੱਲ ਤੂੰ ਆਵਾਜ਼ ਆਈ ਮੈਂ ਕੁਰਾਨ ਪੜ੍ਹਦਾ ਮੈਂ ਵੇਖ ਨਹੀਂ ਸਕਦਾ ਤੇਰੀ ਚਾਦਰ ਕੋਈ ਨਹੀਂ। ਉਸ ਵੇਲੇ ਰਾਤ ਦੇ ਰੋਣ ਵਾਲਿਓ ਥੱਕੀ ਹੋਈ ਕੌਮ ਜਿਵੇਂ ਸਫ਼ਰ ਕਰੇਂ ਦੀ ਆਈਏ ਮੈਨੂੰ ਕੋਈ ਪਤਾ ਨਹੀਂ। ਅੱਲਾ ਬਖਸ਼ੇ ਆਗਾ ਨਸੀਮ ਅਬਾਸ ਲਾਹੌਰ ਵਾਲੇ ਨੂੰ, ਕਰਵਟ ਕਰਵਟ ਜੰਨਤ ਨਸੀਬ ਹੋਵੇ। ਮੈਂ ਕਰਬਲਾ ਗਾਮੇ ਸ਼ਾਹ ਪੜ੍ਹਦਾ ਪਿਆ ਏਮ ਜੋ ਜ਼ੈਨਬ ਬਾਜ਼ਾਰ ਛਾਈਏ ਉੱਠੀ ਕੇ ਪਿੱਟ ਕੇ ਆ ਦੇ ਏਜਾਜ਼ ਬਲੋਚ ਮੇਰੀ ਦਾਦੀ ਇੰਜ ਬਾਜ਼ਾਰ ਨਹੀਂ ਆਈ ਜਿਵੇਂ ਤਾਂ ਇਹ ਪੜ੍ਹਿਆ। ਮੈਂ ਕਿ ਆਵਾ ਜੀ ਦੱਸੋ ਅਲੀ ਦੀਦੀ ਆਈ ਕਿਵੇਂ ਵੇ। ਉਹਨਾਂ ਫਰਮਾਇਆ ਹਰਾਮੀ 4000 ਬਦਮਾਸ਼ ਔਰਤ ਮੰਗਾਈ ਆਈ ਜਿਨ੍ਹਾਂ ਦੇ ਪੇਰਾਂ ਵਿੱਚ ਘੂੰਘਰੂ ਬੱਧੇ ਹੋਏ ਆਏ, ਅੱਗੋਂ ਔਰਤਾਂ ਨੱਚਦੀਆਂ ਇਹਨ ਪਿੱਛੋਂ ਜ਼ੈਨਬ ਟੁਰਦੀ ਆਏ। ਜਿਹੜੀ ਆਦੀ ਆਈ ਕੁਰਾਨ ਪੜ੍ਹਵੇ ਵੇ ਵਸਦਾ ਰਹੇ। ਇਹ ਸਾਡੀਆਂ ਭੈਣਾਂ ਦੇ ਵੈਣ ਆ ਗਏ, ਇਹਨਾਂ ਦੇ ਸਿਰ ਤੇ ਚਾਦਰੇ ਜ਼ੈਨਬ ਨੂੰ ਰੋਵਣ ਆਈਆਂ ਬੈਠੇ। ਇਹਨਾਂ ਨੂੰ ਇੱਥਾ ਝਿੜਕਣ ਵਾਲਾ ਕੋਈ ਨਹੀਂ, ਕਿਸੇ ਬਦਮਾਸ਼ ਦੀ ਜ਼ਰੂਰਤ ਨਹੀਂ ਜਿਹੜਾ ਦਰਬਾਰ ਤੇ ਇਹਨਾਂ ਦੀ ਚਾਦਰ 'ਚ ਹੱਥ ਪਾਵੇ। ਮੇਰੀ ਅੰਮਾ ਖੁਸ਼ ਨਸੀਬ ਹੈ ਜਨਾ ਜ਼ੈਨਬ ਆਈ ਸ਼ਾਂ, 5 ਲੱਖ ਬਦਮਾਸ਼ ਗੱਲੀ ਸੌੜੀ ਆਈ ਹੱਥ ਫਸੇ ਗਰਦਾਂ ਲਾਏ, ਤੁਰਦੀ ਆਈਏ ਤੇ ਆਦੀ ਆਈਏ ਕੁਰਾਨ ਪਰ ਗੱਲੀ ਬਹੁ ਸੌੜੀਏ, ਤੁਰਦੀ ਆਈਏ ਇੱਕ ਜਾਤ ਆਈਏ ਸ਼ੀਆ ਸੁਣੀ ਭਾਈਓ ਉਹ ਜਾਤ ਆਈਏ ਨੂੰ ਮਾਈ ਸਿਰ ਤੇ ਰੱਖੇ ਜ਼ੈਨਬ ਗੱਲੀਏ 'ਚ ਬੈਠੀਏ। ਮੇਰੇ ਬਾਦ ਕੁਮੀ ਸਾਹਿਬ ਨਹੀਂ ਜੇ ਸਿਰ ਤੇ ਕੁਰਾਨ ਰੱਖੇ ਪੁੱਛ ਲੈਣਾ ਫਿਰ ਆ ਦੇ ਕਾਤਿਲ ਤਾਜ਼ੀਆਂ ਨਾ ਚਾਇਆ ਸਜਾ ਦੀ ਕੱਢ ਤੇ 70 ਲਿਖੀ ਹੈ ਸਜਾ ਦਾ ਦੇ ਬਾਬਾ ਅੱਲਾ ਜਾਣੇ ਤੁਸਾਂ ਭੇੜ ਫੇਰਾਵਾਂ ਦੇ ਕਿਹੜੇ ਵਾਦੇ ਆਏ ਮੇਰੀ ਕੱਢ ਭਾਰ ਨਹੀਂ ਚਾਹੀਦੀ। ਸ਼ਬੀਰਾ ਦੇ ਅੰਮਾ ਦੀ ਜਾਈ ਤੁਰਵੰਜ ਮੇਰਾ ਬਿਮਾਰ ਪੁੱਤਰ ਬੀਬੀਆ ਦੀ ਦੱਸਾ ਕਿਵੇਂ ਤੁਰਾਈ ਆ ਮੇਰੀ ਪੇਕੀ ਗੱਲੀ ਹੈ। ਕਿਆ ਬਾਤ ਹੈ ਤੁਹਾਡੀ, ਹੱਥ ਨਾ ਜੋੜ ਬਜ਼ੁਰਗਾ ਦੀ ਆ ਮੇਰੀ ਪੇਕੀ ਗੱਲੀ ਹੈ। ਈਸਾਈ ਮੈਂ ਹਬੀਬਾਂ ਨੂੰ ਕੁਰਾਨ ਪੜ੍ਹਾਇਆ ਹੈ, ਇਸੇ ਗਲੀਏ 'ਚ ਮੇਰੀਆਂ ਸ਼ਗਰਦਾਂ ਰਹਿੰਦੀਆਂ ਜਿਹੜੇ ਲਾਸੇ ਹਬੀਬਾ ਆਇਆ ਹੈ ਝੂਠ ਤੇ ਖੁਦਾ ਦੀ ਲਾਨਤ ਜਿਹੜਾ ਮਸਾਹਿਬ ਤੇ ਝੂਠ ਮਰਿੰਦਾ ਹੈ ਹਰਾਮ ਜ਼ਾਦਾ ਹੈ ਹੈ ਨਰਮ ਸਾਖਰੀ ਤੇ ਰੋਵਣ ਵਾਲਾ ਮਕਾਨ ਦੀ ਛੱਤ ਉਵੇਂ ਹਬੀਬਾ ਕੁਰਾਨ ਬੈਠੀ ਪੜ੍ਹਦੀ ਆਈ ਕਿਬਲਾ ਜਿਹੜੇ ਵੇਲੇ ਨਾ ਆਇਆ ਹਬੀਬਾ ਤੇ ਕੁਰਾਨ ਬੰਦ ਕਰਕੇ ਲੱਥੀ ਹੈ ਆਦੀਏ ਮਾਈ ਇੱਕ ਲਹਿਜ਼ਾ ਰੁਕ ਵੰਜ ਮੇਰੀਆਂ ਧੀਆਂ ਸ਼ਰਬਤ ਪੀਆਂ ਬਣਦੀਆਂ ਤੇ ਨਾਲੇ ਮੈਨੂੰ ਦੱਸਾਂ ਤੇਰਾ ਵਤਨ ਕਿਹੜੀ ਜਾਏ ਮਾਲਾ ਜ਼ਿੰਦਗੀ ਕਰੀ ਬੀਬੀ ਆਦੀਏ ਵਤਨ ਹੈ ਮੇਰਾ ਮਦੀਨਾ ਆਦੀਏ ਕਿਹੜਾ ਮਹੱਲਾ ਹੀ ਆਦੀਏ ਮਹੱਲਾ ਬਨੂ ਹਾਸ਼ੇ ਮੇ ਆਦੀਏ ਜੇ ਹਾਸ਼ਮੀ ਮਹੱਲੇ ਦੀ ਹੈ ਮੇਰੀ ਸੈਣ ਜ਼ੈਨਬ ਨੂੰ ਜਾਣਦੀ ਹੈ ਬੀਬੀ ਆਦੀਏ ਜਿਵੇਂ ਮੈਂ ਜਾਣਦੀ ਹਾਂ ਇਵੇਂ ਕੋਈ ਨਹੀਂ ਜਾਣਦਾ ਬੀਬੀ ਆਦੀਏ ਦੁਆ ਮੰਗੂਆ ਜ਼ੈਨਬ ਮਰ ਵੰਜੇ ਆਦੀਏ ਕਹਿਦੇ ਨਾ ਹੋਇਆ ਪੁੱਛ ਲੈ ਮਾਏ ਕਿਵੇਂ ਗੱਲ ਕੀਤੀ ਹੈ ਬੀਬੀ ਪਰੇਸ਼ਾਨ ਵਾਲ ਹਟਾਏ ਨਾ ਆਦੀਏ ਹਬੀਬਾ ਮੈਨੂੰ ਸੁਜਾਣ ਮੈਂ ਜ਼ੈਨਬ
ਤੁਹਾਡਾ ਲੋਹੇ ਦਾ ਜਿਗਰ ਜੋ ਨਾ ਰੋਵੇ। ਆਦੀਏ ਹਬੀਬਾ ਮੈਨੂੰ ਸੁਜਾਣ, ਮੈਂ ਉਹਾ ਜ਼ੈਨਬ ਹਾਂ। ਆਦੀਏ ਮੈਂ ਦੀਵੇ ਮਿੰਨਾ ਤੇਰੇ 18 ਭਰਾ ਹਾਂ, ਕਈ ਦਿਨ ਬਣ ਗਏ ਆਵਾਜ਼ ਸਿਧਾਈ। ਆਦੀਏ ਸਾਰੇ ਭਰਾ ਮਾਰੇ ਗਏ, ਦਾਈ ਨੂੰ ਆਦੀਏ ਜਲਦੀ ਕਰ ਲਿਆ ਕੁਰਾਨ ਲੈ ਆ, ਜਿਹੜਾ ਮੈਂ ਜ਼ੈਨਬ ਕੋਲ ਪੜ੍ਹਦੀ ਆਂ। ਕੋਈ ਤਾਂ ਬੰਦਾ ਸਾਹਿਬ ਇਨਸਾਫ ਬੈਠਾ ਹੈ, ਹਰ ਬੰਦਾ ਹੀ ਜ਼ਾਲਿਮ ਨਹੀਂ ਹੁੰਦਾ। ਦਾਈ ਗਈਏ ਕੁਰਾਨ ਚਾਵਣ, ਅਦੀਏ ਮੈਂ ਕੁਰਾਨ ਕੋਲੋਂ ਪੁੱਛਦੀ ਹਾਂ ਇਹ ਕਹਿ ਦੇਣ ਕਿਹੜੀ ਜ਼ੈਨਬ ਹੈ। ਮੁਲਤਾਨ ਵਾਲੇ ਉਹ ਜਿਹੜੇ ਕੁਰਾਨ ਆਇਆ ਇਹ ਬੁਲੰਦ ਹੋਣ ਲੱਗ ਗਏ, ਵਰਕੇ ਵਰਕੇ ਵਿੱਚੋਂ ਆਵਾਜ਼ ਆਈ ਹਬੀਬਾ ਹੀ ਜ਼ੈਨਬ। ਹੱਥ ਲੈ ਜੋੜ, ਹੱਥ ਲੈ ਜੋੜ, ਇਹ ਮੋਰ ਹੱਲ ਗਿਆ ਮੈਂ ਸਾਹਿਬ ਦਾ। ਆਦੀਏ ਜ਼ੈਨਬ ਆਈ, ਤੁਰ ਪਈ ਹੈ ਮੇਰੀ ਸਾਇਣ ਸਿੱਧੀ ਸਾਹਿਬ ਆ ਗਈ ਹੈ ਦਰਬਾਰ ਚ। ਇੱਕ ਮਿੰਟ ਉੱਤੇ ਨਾ ਪਰਸਾ, ਦੋ ਮਿੰਟ ਛੋੜ ਕੇ ਭਾਈ ਸਾਹ ਦਰਬਾਰ ਚ ਆਈਏ। ਮਿੱਟੀ ਵਾਲਾ ਲਿਬਾਸ ਸਜਾਦ ਪਹਿਲੇ ਆਇਆ ਹੈ, ਸਿਪਾਹੀ ਆ ਕੇ ਹੁਸੈਨ ਬਾਦਸ਼ਾਹ ਦਾ ਸਰ ਰੱਖਿਆ ਹੈ। ਇਹ ਮਲਮੂਨਾ ਦਾ ਇਹ ਕਹਿੰਦਾ ਸਰ, ਇਹ ਹਰਾਮਜ਼ਾਦਾ ਦਾ ਇਹ ਤੇਰੇ ਬਾਗੀ ਦਾ ਸਰ। ਪਾਸੇ ਨਾਲ ਪਈ ਆਈ ਖਿਜ਼ਰਾਂ ਦੀ ਛੜੀ, ਛੜੀ ਜਾਣਦੇ ਹੋ ਕੰਡਿਆਂ ਵਾਲੀ ਛੜੀ। ਕਿਬਲਾ ਸਾਈ ਜਨਾ ਲੱਭਾ ਨੂੰ ਨਾਨਾ ਚੁੰਮਦਾ ਹਾਈ, ਇਸ ਹਰਾਮੀ ਤਾਏ ਵਾਰੀ ਹੁਸੈਨ ਦੇ ਲੱਭਾ ਤੇ ਛੜੀ ਮਾਰੀਏ। ਛੜੀ ਮਾਰ ਕੇ ਆਦਾ ਏ ਕਿੱਥਾ ਹੀ ਅਬਾਸ, ਕਿੱਥਾ ਹੀ ਅਲੀ ਅਕਬਾਰ, ਕਿਹਨੇ ਗਈ ਆਈ ਫੌਜ। ਉਸ ਵੇਲੇ ਅਲੀ ਦੀ ਧੀ ਉੱਠੀ ਆਈ, ਆਦੀਏ ਸਜਾਦ ਬੋਲ, ਇਹ ਤੌਹੀਦ ਦਾ ਮੁਨਕਿਰ ਆਈ, ਇਹ ਨਬੂਆ ਦਾ ਮੁਨਕਿਰ ਆਈ। ਸਜਾਦ ਬੋਲ, ਸਜਾਦ ਦੇ ਅੰਮਾ ਤੂੰ ਬੋਲ। ਮੁਲਤਾਨ ਵਾਲੇ ਪਿਉ ਅਲੀ ਦੇ ਲਹਿਜੇ ਚ ਜ਼ੈਨਬ ਬੋਲੀ ਆਈ, ਹਰ ਸ਼ਾਇਦ ਚੁੱਪ ਹੋ ਗਈ ਏ, ਬੰਦੇ ਰੋਵਣ ਲੱਗ ਪਾਏ। ਇੱਕ ਨਬੀਨਾ ਸਹਾਬੀ ਦਰਬਾਰ ਦੀ ਪਿਛਲੀ ਚੁੰਡ ਵਿੱਚ ਉੱਠਿਆ ਹੈ, ਨਾ ਅਬਦੁੱਲਾ ਸਜੀਬਾ ਸਿਰ ਤੇ ਰੱਖੀ ਮੈਦਰ ਵੇਖ ਬਾਹਰ ਰੱਖਿਆ ਦਾ ਹੈ। ਲੋਗੋ ਮੇਰਾ ਅੱਖੀ ਕੋਈ ਨਹੀਂ, ਅੱਲਾ ਵਾਸਤੇ ਦੱਸੋ ਜਿਹੜਾ ਖਤੀਬ ਖੁਤਬਾ ਪਿਆ ਪੜ੍ਹਦਾ ਹੈ, ਮੈਨੂੰ ਅੱਲਾ ਵਾਸਤੇ ਦੱਸੋ ਅਲੀ ਦਾ ਕਿਹੜਾ ਪੁੱਤਰ, ਇਹ ਹਸਨ ਜਾਂ ਹੁਸੈਨ ਜਾਂ ਅਬਾਸ। ਆਦਲ ਸ਼ੁਕਰ ਕਰ, ਤੇਰਾ ਅੱਖੀ ਕੋਈ ਨਹੀਂ, ਅਲੀ ਦਾ ਪੁੱਤਰ ਨਹੀਂ, ਅਲੀ ਦੀ ਵੱਡੀ ਧੀ ਜ਼ੈਨਬ। ਆਦਾ ਬੇਗੈਰ ਜ਼ੈਨਬ ਦਰਬਾਰ ਕਿਵੇਂ ਆ ਗਈ ਹੈ? ਕਹਿੰਦੇ ਰੋ ਨਹੀਂ ਪਾਏ। ਮਰ ਦੇਖ 85 ਬੰਦਾ ਮਾਰੇ ਸੀ ਆਦੀਏ ਬਾਬੋ, ਅਰਮਾਨ ਅੱਜ ਕੋਈ ਮੇਰਾ ਭਰਾ ਹੋਵਿਆ ਜਿਹੜਾ ਭਰੇ ਦਰਬਾਰ ਤੇਰਾ ਬਦਲਾ ਲੈਵਾਂ ਹਾਂ। 85 ਬੰਦਾ ਮਾਰੇ ਸੀ, ਰੋ ਨਹੀਂ ਤੇ ਸਾਖਰੀ ਸੁਣ ਛੋੜ, ਵਾਤਾ ਦੇ ਮੇਰਾ ਅੱਲਾ ਸ਼ੁਕਰ ਹੈ। ਧੀ ਆਦੀਏ ਬਾਬਾ ਔਖੇ ਵੇਲੇ ਸ਼ੁਕਰ ਕਿਉਂ ਭਰੀ ਆਈ? ਅਦੇ ਇੱਕ ਜਾਰੇ ਮੈਂ ਮੌਲਾ ਅਲੀ ਨੂੰ ਆਖੇ ਤੋਂ ਮੁਸ਼ਕਿਲ ਕੁਸ਼ਾ ਏ, ਯਾ ਅਲੀ ਮੈਨੂੰ ਅੱਖੀ ਦੇ। ਅਲੀ ਮੈਨੂੰ ਆਖਿਆ ਅੱਖੀ ਨਾ ਮੰਗ, ਇੱਕ ਜਾਰੇ ਸ਼ੁਕਰ ਕਰੇ ਸੇ। ਅਦੇ ਅੱਜ ਪੱਖ ਲੱਗ ਗਏ ਅਲੀ ਸੱਚਾ ਹਾਈ। ਧੀ ਆਦੀਏ ਬਾਬਾ ਕੀ ਨੇ? ਅਦੇ ਸਾਹਮਣੇ ਵੇਖ ਦਾਈ ਦੀ ਕੰਨ ਪਿੱਛੋਂ ਜ਼ੈਨਬ ਚਾਦਰ ਲੰਘਦੀ ਖੜੀ ਏ। ਆਦੀਏ ਮੈਨੂੰ ਚਾਦਰ ਦਿਓ, ਮੈਂ ਮਦੀਨੇ ਆਲੀ ਜ਼ੈਨਬ। Thank you.